स्पैशल असी हरियाणे तो चल के आए जी 100 किलोमीटर बस यही है बाई दे लई साडे जो दिल च प्यार सीगा प्यार ही सानू खिंच लिया। वक्त भी बदलेगा सामना भी होवेगा बस जिगरा रखी अख मिलाउण दा। सिद्धू मूसेवाला दी ओही तस्वीर ओही रोब ओही उदा रुतबा पंजाब नूं बहुत वड्डी देण आ जी। हर किसी कोई गीत कोई कुड़ियां चक्कड़ियां ते नहीं गाया अणखी गीत गाए ने। हरेक नौजवान दे विच सिद्धू मूसेवाला नज़र आ रहा कि वे तस्वीरां दिखाउण दी कोशिश करांगे। आ तुसीं देख सकदे हो इत्थे पोस्टर्स वड्डी गिणती दे विच तुहानूं नज़र आ जाणगे। सिद्धू मूसेवाला ने हरेक गीत दे विच असल जिंदगी दी सच्चाई दसी ते उस जिहड़ी सच्चाई है वह जिहड़े गीतां दे बोल हैगे ने हरेक पोस्टर दे विच तुहानूं नज़र आ जाणगे। वक्त भी बदलेगा सामना भी होवेगा बस जिगरा रखी अख मिलाउण दा। सिद्धू मूसेवाला दी ओही तस्वीर ओही रोब ओही उदा रुतबा नौजवान चेहरा। हालांकि 911 वाला भी तुहानूं इत्थे पोस्टर नज़र आ जाऊगा 911 वाला ये पोस्टर भी ते इहदे दे विच इस दे पिच भी तुहानूं देख सकदे हो कि किवें बैसेज देण दी कोशिश कीती गई है। आ ओही उहदी थार ते होर भी कई तरह दे पोस्टर्स तुहानूं नज़र आ जाणगे। ओही देसी लुक ਉਹੀ ਜੱਟ ਵਾਲਾ ਦੇਸੀ ਲੁੱਕ ਉਹਦਾ ਨਜ਼ਰ ਆ ਜੂਗਾ। ਤਰ੍ਹਾਂ ਤਰ੍ਹਾਂ ਦੇ ਪੋਸਟਰਸ ਇੱਥੇ ਨਜ਼ਰ ਆ ਰਹੇ ਨੇ। ਹਾਲਾਂਕਿ ਦੀਪ ਸਿੱਧੂ ਤੋਂ ਲੈ ਕੇ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਜੀ ਦੇ ਵੀ ਪੋਸਟਰਸ ਤੁਹਾਨੂੰ ਨਜ਼ਰ ਆ ਜਾਣਗੇ। ਵੀਰ ਜੀ ਪੋਸਟਰ ਖਰੀਦ ਰਹੇ ਹੋ? ਹਾਂਜੀ। ਕੀ ਮਕਸਦ ਹੈ ਘਰ ਦੇ ਵਿੱਚ ਲਿਜਾਉਣ ਦਾ? ਕਿਵੇਂ ਮਕਸਦ ਕੀ ਹੋਊਗਾ ਉਹਨਾਂ ਦੀ ਸੋਚ ਨੂੰ ਪਸੰਦ ਕਰਦੇ? ਹਾਂਜੀ ਸੋਚ ਨੂੰ ਜੀ। ਅੱਛਾ, ਗਾਣਿਆਂ ਨੂੰ ਬਹੁਤ ਪਸੰਦ ਕਰਦੇ ਹਾਂ ਜੀ। ਬਿਲਕੁਲ। ਇਹ ਪੋਸਟਰ ਪਸੰਦ ਕੀਤਾ? ਹਾਂਜੀ ਇੱਕ ਉਹ ਵਾਲਾ ਸੀਗਾ ਜੀ। ਨੌਜਵਾਨ ਹੀ ਨਹੀਂ ਹਾਲਾਂਕਿ ਹੋਰ ਵੀ ਸਾਡੇ ਬਜ਼ੁਰਗ ਪਹੁੰਚ ਰਹੇ ਨੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਪੋਸਟਰ ਲੈ ਰਹੇ? ਹਾਂਜੀ। ਕੀ ਸੋਚ ਹੈ? ਕਿਹੜੀ ਸੋਚ ਉਹਦੀ ਪਸੰਦ ਹੈ? ਪੰਜਾਬ ਨੂੰ ਬਹੁਤ ਵੱਡੀ ਦੇਣ ਆ ਜੀ। ਹਰ ਕਿਸੇ ਕੋਈ ਗੀਤ ਕੋਈ ਕੁੜੀਆਂ ਚੱਕੜੀਆਂ ਤੇ ਨਹੀਂ ਗਾਇਆ ਅਣਖੀ ਗੀਤ ਗਾਏ ਨੇ। ਇਹਦੇ ਕਰਕੇ ਜੰਤ ਸਾਹਿਬ ਭਿੰਡਰਾਂ ਵਾਲੇ ਦੀਪ ਸਿੱਧੂ ਇਹੋ ਜਿਹੇ ਬੰਦੇ ਹੋਏ ਨੇ। ਦੀਪ ਸਿੱਧੂ ਅਤੇ ਮੂਸਾ ਜੱਟ ਜਿਹੂ ਵੀ ਹੈਗਾ। ਇਹ ਪੰਜਾਬ ਦੀ ਦੇਣ ਬਹੁਤ ਵੱਡੀ ਦੇਣ ਆ। ਇਕੱਲੇ ਆਏ ਹੋ ਪਰਿਵਾਰਿਕ? ਇਕੱਲੇ ਆਏ ਜੀ। ਦੇਖ ਸਕਦੇ ਹੋ ਤੁਸੀਂ, ਨਾ ਤਾਂ ਕੋਈ ਆਉਣਾ ਅਤੇ ਨਾ ਹੀ ਪਹਿਲਾਂ ਆਇਆ। ਦੇਖ ਸਕਦੇ ਹੋ ਕਿੰਨਾ ਕਰੇਜ਼ ਹੈ ਨੌਜਵਾਨਾਂ ਦੇ ਵਿੱਚ। ਆਹ ਤੁਸੀਂ ਦੇਖ ਸਕਦੇ ਹੋ ਟੀ ਸ਼ਰਟ ਪਾਈ ਹੈ ਵੀਰ ਨੇ, ਲੈਜੈਂਡਸ ਨੈਵਰ ਡਾਈ। ਵੀਰ ਬਿਲਕੁਲ ਅੱਜ ਸੱਚੀ ਸ਼ਰਧਾਂਜਲੀ ਦੇਣ ਦਾ ਕੰਮ ਕੀਤਾ ਜਾ ਰਿਹਾ। ਕੋਈ ਪੋਸਟਰ ਲੈ ਰਿਹਾ, ਕੋਈ ਟੈਟੂ ਛਪਵਾ ਰਿਹਾ, ਤੁਸੀਂ ਟੀ ਸ਼ਰਟ ਪਾਈ ਹੋ, ਜ਼ਹਿਨ ਦੇ ਵਿੱਚ ਕੀ ਹੈ? ਜ਼ਹਿਨ ਦੇ ਬਸ ਇਹੀ ਹੈ ਸਪੈਸ਼ਲ ਅਸੀਂ ਹਰਿਆਣੇ ਤੋਂ ਚੱਲ ਕੇ ਆਏ 100 ਕਿਲੋਮੀਟਰ ਬਸ ਇਹੀ ਹੈ ਬਾਈ ਦੇ ਲਈ ਸਾਡੇ ਜੋ ਦਿਲ 'ਚ ਪਿਆਰ ਸੀਗਾ ਪਿਆਰ ਹੀ ਸਾਨੂੰ ਖਿੱਚ ਲਿਆ। ਬਸ ਇਹੀ ਹੈ ਜੀ, ਬਥੇਰੇ ਜਨਤਾ ਆਈ ਹੈ ਜੀ, ਬਥੇਰੇ ਚਾਹੁਣ ਵਾਲੇ ਬਾਈ ਨੂੰ ਆਏ ਨੇ। ਬਸ ਬਹੁਤ ਵਧੀਆ ਲੱਗਿਆ ਇੱਥੇ ਆ ਕੇ, ਮਨ ਨੂੰ ਸਕੂਨ ਸ਼ਾਂਤੀ ਮਿਲੀ ਹੈ ਜੀ। ਬਿਲਕੁਲ। ਤੁਸੀਂ ਦੇਖ ਸਕਦੇ ਹੋਰ ਵੀਰ ਨੇ ਪੋਸਟਰ ਖਰੀਦਿਆ ਜਿਨ੍ਹਾਂ ਨੂੰ ਅਸੀਂ ਬੁਰੇ ਲੱਗਦੇ ਆ, ਕਿਰਪਾ ਕਰਕੇ ਉਹ ਸਾਡੀ ਰੇਂਜ ਤੋਂ ਬਾਹਰ ਰਹਿਣ। ਇਹ ਘਰ 'ਚ ਲਾਓਗੇ? ਹਾਂਜੀ ਘਰ 'ਚ ਲਾਵਾਂਗੇ। ਹਾਂਜੀ। ਕਿਹੜੀ ਸੋਚ ਨੂੰ ਪਸੰਦ ਕਰਦੇ ਹੋ? ਬਸ ਇੱਧਰ ਬਦਲੋ। ਠੀਕ ਹੈ। ਅਤੇ ਕੋਈ ਪੌਦੇ ਖਰੀਦਣ ਦਾ ਕੰਮ ਕਰ ਰਿਹਾ ਅਤੇ ਹਾਲਾਂਕਿ ਮੁਫਤ ਦੇ ਵਿੱਚ ਵੀ ਮਿਲ ਰਹੇ ਨੇ, ਹਾਲਾਂਕਿ ਪੋਸਟਰ ਹਾਲਾਂਕਿ ਕੋਈ 50 ਰੁਪਏ ਦੇ ਵਿੱਚ ਦੇ ਰਿਹਾ ਅਤੇ ਕੋਈ ਫ੍ਰੀ ਵੀ ਬਣਦਾ ਹੋਇਆ ਨਜ਼ਰ ਆ ਰਿਹਾ। ਇਹ ਪੌਦਾ ਵੀਰੇ ਘਰੇ ਲਾਓਗੇ? ਹਾਂਜੀ ਬਾਈ ਘਰੇ ਲਾਵਾਂਗੇ, ਧਿਆਨ ਰੱਖਾਂਗੇ ਇਹਦਾ। ਅੱਛਾ। ਕਿਵੇਂ ਬਾਈ ਮੂਸੇ ਵਾਲੇ ਨੂੰ ਦਿਲੋਂ ਕੀਤਾ ਪਿਆਰ ਉਹ ਇਹਨੂੰ ਕਰਾਂਗੇ। ਅੱਛਾ। ਇੰਨਾ ਧਿਆਨ ਰੱਖਾਂਗੇ ਕਿਵੇਂ ਬਾਈ ਮੂਸੇ ਵਾਲੇ ਦਾ ਧਿਆਨ ਰੱਖਿਆ ਜੀ। ਅੱਛਾ। ਅਤੇ ਜੋ ਬਾਈ ਨਾਲ ਕੀਤੀ ਹੈ ਸਰਕਾਰ ਨੇ ਬਹੁਤ ਮਾੜੀ ਕੀਤੀ ਆ। ਸਰਕਾਰ ਨੂੰ ਕਿੰਨਾ ਨੇ ਮਰਾਇਆ ਉਹਨਾਂ ਨੂੰ ਬਰਾਬਰ ਗੋਲੀ ਮਾਰਨੀ ਚਾਹੀਦੀ, ਸਾਨੂੰ ਇਹ ਹੱਕ ਇਨਸਾਫ ਦੀ ਉਮੀਦ। ਹਾਂ ਠੀਕ ਹੈ। ਵੀਡੀਓ ਜਰਨਲਿਸਟ ਭੋਪਾਲ ਦੇ ਨਾਲ ਅਬਰ ਸ਼ਰਮਾ ਰਿਪੋਰਟ, ਫੈਕਟ ਨਿਊਜ਼।